ਵਾਹਿਗੁਰੂ ਜੀ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਤਜੁਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਤੇ ਆਗੇ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਦੀਨਨ ਕੀ ਪ੍ਰਤਪਾਲ ਕਰੈ ਨਿਤ ਸੰਤ ਉਬਾਰ ਗਨੀਮਨ ਗਾਰੈ ਪਛ ਪਸ਼ੂ ਨਗ ਨਾਗ ਨਿਹਾਤਵ ਸਰਬ ਸਮੈ ਸਭ ਕੋ ਪ੍ਰਤਪਾਰੈ ਭੁਖ ਤਹਿ ਜਲ ਮੈਂ ਥਲ ਮੈਂ ਫਲ ਮੈਂ ਕਲ ਕੇ ਨਹੀਂ ਕਰਮ ਵਿਚਾਰੈ ਦੀਨ ਦਿਆਲ ਦਿਆਲ ਨਿਤ ਦੁਖਨ ਦੇਖਤ ਹੈ ਪਰਦੇਤ ਨਹਾਰੈ ਸਤਨਾਮ ਸ੍ਰੀ ਵਾਹਿਗੁਰੂ ਜੀ ਗੁਰਮੁਖ ਮਨ ਅਸਥਾਨੇ ਸੋਈ ਗੁਰਮੁਖ ਤੇ ਪਵਣ ਸੋਜੀ ਹੋਈ ਗੁਰਮੁਖ ਮਨ ਅਸਥਾਨੇ ਸੋਈ ਗੁਰਮੁਖ ਤੇ ਪਵਣ ਸੋਜੀ ਹੋਈ ਇਹੋ ਮਨ ਜੋਗੀ ਭੋਗੀ ਤਪ ਤਪੈ ਗੁਰਮੁਖ ਚੀਨੈ ਹਰ ਪ੍ਰਭ ਆਪੈ ਮਨ ਬੈਰਾਗੀ ਹਉਮੈ ਤਿਆਗੀ ਘਟ ਘਟ ਮਨਸਾ ਦੁਬਿਧਾ ਲਾਗੀ ਰਾਮ ਰਸਾਇਣ ਗੁਰਮੁਖ ਚਾਖੈ ਦਰ ਕਰ ਮਹਿਲੀ ਹਰ ਪਤ ਰਾਖੈ ਰਾਮ ਰਸਾਇਣ ਗੁਰਮੁਖ ਚਾਖੈ ਦਰ ਕਰ ਮਹਿਲੀ ਹਰ ਪਤ ਰਾਖੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਜੀ ਸਾਰੇ ਮਾਈ ਭਾਈ ਗੁਰੂ ਕੇ ਪਿਆਰ ਵਾਲੇ ਗੁਰੂ ਕੇ ਚਰਨਾਂ ਵਿੱਚ ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਲਵਾ ਰਹੇ ਹੋ ਔਰ ਗੁਰੂ ਕੀ ਪਵਿੱਤਰ ਪਾਵਨ ਬਾਣੀ ਸ਼੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਭਾਈ ਸਾਹਿਬ ਪਰਮਜੀਤ ਸਿੰਘ ਜੀ ਦੇ ਜਥੇ ਪਾਸੋਂ ਸਰਵਣ ਕੀਤੇ ਹਨ। ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨ ਗੁਰਬਾਣੀ ਦਾ ਕੀਰਤਨ ਗੁਰਬਾਣੀ ਦੀ ਕਥਾ ਪਰਮੇਸ਼ੁਰ ਵਾਹਿਗੁਰੂ ਨਾਲ ਜੋੜਨ ਦਾ ਬਹੁਤ ਵੱਡਾ ਵਸੀਲਾ ਸਾਧਨ ਗੁਰੂ ਨਾਨਕ ਦੇਵ ਜੀ ਸੱਚਖੰਡ ਤੋਂ ਲੈ ਕੇ ਆਏ ਹਨ। ਇਹ ਅਣਮੁੱਲੀ ਦਾਤ ਹੈ। ਜਦੋਂ ਅਸੀਂ ਕੀਰਤਨ ਸੁਣਦੇ ਹਾਂ, ਕਥਾ ਸੁਣਦੇ ਹਾਂ, ਵਾਹਿਗੁਰੂ ਵਾਹਿਗੁਰੂ ਜਪਦੇ ਹਾਂ, ਬਾਣੀ ਪੜ੍ਹਦੇ ਹਾਂ, ਸਾਡੀ ਟੁੱਟੀ ਹੋਈ ਸੁਰਤ ਦੀ ਡੋਰ ਵਾਹਿਗੁਰੂ ਨਾਲ ਫਿਰ ਜੁੜ ਜਾਂਦੀ ਹੈ। ਉਹ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੇ ਨਾਲ ਜੁੜਨਾ ਹੀ ਜ਼ਿੰਦਗੀ ਹੈ, ਉਹਦੇ ਨਾਲ ਜੁੜਨਾ ਹੀ ਰੂਹਾਨੀਅਤ ਦਾ ਜੀਵਨ ਹੈ ਅਤੇ ਉਸ ਤੋਂ ਬਿਨਾਂ ਬੰਦਾ ਮੁਰਦਾ ਹੈ। ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਉ। ਸੋ ਜਦੋਂ ਪਰਮੇਸ਼ੁਰ ਚੇਤੇ ਆਉਂਦਾ ਹੈ, ਵਾਹਿਗੁਰੂ ਦਾ ਸਿਮਰਨ ਕਰੀਦਾ ਹੈ, ਉਦੋਂ ਸਾਨੂੰ ਜ਼ਿੰਦਗੀ ਦਾ ਅਸਲ ਆਨੰਦ ਵੀ ਪ੍ਰਾਪਤ ਹੁੰਦਾ ਹੈ। ਸੱਚੇ ਪਾਤਸ਼ਾਹ ਦੀ ਗੋਦ ਵਿੱਚ ਬੈਠ ਕਰਕੇ ਆਪ ਜੀ ਨੇ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਹੁਣ ਗੁਰੂ ਸਾਹਿਬ ਜੀ ਦੇ ਉਹ ਪਾਵਨ ਬਚਨ ਜੋ ਆਸਾ ਰਾਗ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਚਾਰਨ ਕੀਤੇ, ਗੁਰਬਾਣੀ ਦੇ ਇਸ ਪਾਵਨ ਸ਼ਬਦ ਵਿੱਚ ਕੁਝ ਸਵਾਲ ਅਤੇ ਕੁਝ ਜਵਾਬ ਚੱਲੇ ਹਨ। ਸਵਾਲ ਆਇਆ ਸੀ, ਇਹੋ ਮਨ ਮੁਗਤ ਕਹੋ ਕਿਉਂ ਰਹਿਸੀ, ਇਹ ਮੂਰਖ ਮਨ ਕਿਵੇਂ ਟਿਕੇਗਾ। ਫਿਰ ਮਹਾਰਾਜ ਕਹਿੰਦੇ, ਬਿਨ ਸਮਝੇ ਜਮ ਕਾ ਦੁੱਖ ਸਹਿਸੀ,
ਜਿੰਨਾ ਚਿਰ ਇਹ ਸਮਝਦਾ ਨਹੀਂ ਉਨ੍ਹਾਂ ਚਿਰ ਇਹਨਾਂ ਨੂੰ ਜਮਾਂ ਦੇ ਡੰਡੇ ਖਾਣੇ ਪੈਣਗੇ। ਜਿੰਨਾ ਚਿਰ ਇਹਨੂੰ ਪਰਮਾਤਮਾ ਦੀ ਸਮਝ ਨਹੀਂ ਆਉਂਦੀ, ਆਪਣੇ ਆਪ ਦੀ ਸਮਝ ਨਹੀਂ ਆਉਂਦੀ, ਉਹਨਾਂ ਚਿਰ ਇਹ ਦੁਖੀ ਹੁੰਦਾ ਰਹਿੰਦਾ। ਸੋ ਸਾਧ ਸੰਗਤ ਜੀ ਹੁਣ ਮਹਾਰਾਜ ਜਵਾਬ ਦਿੰਦੇ ਨੇ ਇਹਨਾਂ ਗੱਲਾਂ ਦਾ। ਆਓ ਪ੍ਰੇਮ ਨਾਲ ਸਰਵਣ ਕਰੀਏ, ਮਨ ਬਿਰਤੀਆਂ ਇਕਾਗਰ ਕਰਕੇ ਆਖੀਏ ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰਮੁਖ ਮਨ ਅਸਥਾਨੇ ਸੋਈ। ਮਹਾਰਾਜ ਕਹਿੰਦੇ ਗੁਰਮੁਖ ਇਸ ਮਨ ਨੂੰ ਟਿਕਾਉਂਦੇ ਹਨ। ਇਹ ਮਨ ਕਿੱਥੇ ਟਿਕਦਾ ਹੈ? ਗੁਰੂ ਦੇ ਚਰਨਾਂ ਵਿੱਚ, ਗੁਰਬਾਣੀ ਰਾਹੀਂ ਇਹ ਮਨ ਟਿਕਦਾ ਹੈ। ਜਿਹੜੇ ਗੁਰਮੁਖ ਜਨ ਹਨ ਇਸ ਮਨ ਨੂੰ ਅਸਥਾਨ ਦਿੰਦੇ ਹਨ, ਟਿਕਾਣਾ ਦਿੰਦੇ ਹਨ, ਗੁਰੂ ਦੇ ਚਰਨਾਂ ਦਾ ਟਿਕਾਣਾ। ਇੱਥੇ ਆ ਕੇ ਇਹ ਮਨ ਟਿਕ ਜਾਂਦਾ ਹੈ। ਵਾਹਿਗੁਰੂ 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 ਵਾਹਿਗੁਰੂ। ਇਸ ਮਨ ਦਾ ਟਿਕਾਣਾ ਹੈ, ਇਸ ਮਨ ਦਾ ਆਸਰਾ ਹੈ। ਹੋਰ ਇਸ ਮਨ ਨੂੰ ਕਿਤੇ ਟਿਕਾ ਨਹੀਂ, ਕਿਤੇ ਨਚੈਨ ਨਹੀਂ, ਇਹ ਰਜਦਾ ਹੀ ਨਹੀਂ ਕਿਸੇ ਗੱਲ ਨਾਲ। ਹੋਰ ਹੋਰ ਪਦਾਰਥਾਂ ਨੂੰ, ਹੋਰ ਹੋਰ ਵਿਸ਼ਿਆਂ ਨੂੰ, ਹੋਰ ਹੋਰ ਸੁੱਖਾਂ ਨੂੰ ਭਾਲਦਾ ਹੈ। ਬਸ ਗੁਰੂ ਦੇ ਚਰਨਾਂ ਵਿੱਚ ਆ ਕੇ ਇਹ ਟਿਕ ਜਾਂਦਾ ਹੈ। ਗੁਰਮੁਖ ਮਨ ਅਸਥਾਨੇ ਸੋਈ। ਗੁਰਮੁਖਾਂ ਦਾ ਮਨ ਗੁਰੂ ਦੇ ਚਰਨਾਂ ਵਿੱਚ ਟਿਕਦਾ ਹੈ, ਉੱਥੇ ਇਹਨੂੰ ਅਸਥਾਨ ਮਿਲਦਾ ਹੈ। ਗੁਰਮੁਖ ਤੇ ਪਵਣ ਸੋ ਜੀ ਹੋਈ। ਗੁਰੂ ਦੇ ਸਨਮੁਖ ਰਹਿਣ ਵਾਲੇ ਗੁਰਮੁਖਾਂ ਨੂੰ, ਜਿਨ੍ਹਾਂ ਨੇ ਆਪਣਾ ਮੂਹਰੇ ਮੂਹਰੀ ਗੁਰੂ ਨੂੰ ਮੰਨਿਆ ਹੈ, ਗੁਰੂ ਦੇ ਪਿੱਛੇ ਤੁਰਦੇ ਹਨ। ਮਨਮੁਖ ਅਤੇ ਗੁਰਮੁਖ ਦਾ ਕੀ ਫਰਕ ਹੈ? ਕੱਲ੍ਹ ਵੀ ਵਿਚਾਰ ਹੋਈ ਸੀ। ਜਿਹੜਾ ਮਨ ਦੇ ਮਗਰ ਲੱਗਦਾ ਹੈ, ਮਨ ਨੂੰ ਮੁਖੀ ਬਣਦਾ ਹੈ, ਜਿਵੇਂ ਆਪਣੇ ਪਿੰਡਾਂ 'ਚ ਪੰਚ ਸਰਪੰਚ ਹੁੰਦੇ, ਮੁਖੀ ਹੁੰਦੇ, ਚੌਧਰੀ ਹੁੰਦੇ ਨੇ, ਕਿਸੇ ਜਥੇਬੰਦੀ ਦੇ, ਕਿਸੇ ਸੁਸਾਇਟੀ ਦੇ ਵੀ ਮੁਖੀ ਹੁੰਦੇ ਨੇ, ਕਿਸੇ ਸਮਾਜ ਦੇ, ਕਿਸੇ ਕੌਮ ਦੇ, ਕਿਸੇ ਜਾਤੀ ਦੇ, ਕਿਸੇ ਵਰਗ ਦੇ ਮੁਖੀ ਹੁੰਦੇ ਨੇ। ਉਹ ਜਿੱਧਰ ਲਾਉਂਦੇ ਨੇ ਲੋਕ ਮਗਰ ਤੁਰੇ ਜਾਂਦੇ ਨੇ। ਜਿਨ੍ਹਾਂ ਦੇ ਮਨ ਮੂਹਰੇ ਹੋਇਆ ਹੋਇਆ ਅਤੇ ਉਹ ਮਨ ਦੇ ਪਿੱਛੇ ਤੁਰੇ ਜਾਂਦੇ ਹਨ, ਉਹ ਮਨਮੁਖ ਹਨ। ਜਿਨ੍ਹਾਂ ਨੇ ਗੁਰੂ ਨੂੰ ਆਪਣਾ ਮੁਖੀ ਮੰਨ ਲਿਆ ਹੈ ਅਤੇ ਮੁਖੀ ਸਤਿਗੁਰੂ ਦੇ ਪਿੱਛੇ ਤੁਰੇ ਜਾਂਦੇ, ਉਹ ਗੁਰਮੁਖ ਹਨ। ਜਿਨ੍ਹਾਂ ਨੇ ਆਪਣਾ ਮਨ ਵੱਲ ਮੂੰਹ ਕੀਤਾ ਹੈ, ਉਹ ਮਨਮੁਖ ਹਨ। ਜਿਨ੍ਹਾਂ ਨੇ ਆਪਣਾ ਮੁਖ ਗੁਰੂ ਵੱਲ ਕੀਤਾ ਹੈ, ਉਹ ਗੁਰਮੁਖ ਹਨ। ਐਸੇ ਗੁਰਮੁਖਾਂ ਨੂੰ ਤਿੰਨਾਂ ਭਾਵਨਾ ਦੀ ਸੋਝੀ ਹੋ ਜਾਂਦੀ ਹੈ, ਪੂਰਨ ਗਿਆਨ ਹੋ ਜਾਂਦਾ, ਉਹ ਖੰਡਾਂ ਬ੍ਰਹਮੰਡਾਂ ਦੇ ਮਾਲਕ ਹੋ ਜਾਂਦੇ ਹਨ। ਸਭ ਸੰਸਾਰ ਦੇ ਵਿੱਚ ਵਾਹਿਗੁਰੂ ਦੀ ਵਿਆਪਕ ਜੋਤ ਨੂੰ ਸਮਝ ਲੈਂਦੇ ਹਨ। ਇਹੋ ਮਨ ਜੋਗੀ ਭੋਗੀ ਤਪ ਤਪੈ। ਇਹ ਮਨ ਜੋਗੀ ਵੀ ਹੈ, ਜਦੋਂ ਇਹ ਮਨ ਜੁੜਦਾ ਹੈ ਪਰਮਾਤਮਾ ਨਾਲ ਤਾਂ ਇਹ ਜੋਗੀ ਬਣ ਜਾਂਦਾ ਹੈ। ਜੋਗੀ ਨਾਮ ਜੁੜੇ ਹੋਏ ਦਾ ਹੈ। ਯੋਗ ਦਾ ਮਤਲਬ ਹੈ ਜੁੜਨਾ, ਅਤੇ ਯੋਗੀ ਦਾ ਮਤਲਬ ਹੈ ਜੁੜਿਆ ਹੋਇਆ। ਯੋਗ ਕਹਿੰਦੇ ਨੇ ਜੁੜਨੇ ਨੂੰ, ਇੱਕ ਔਰ ਇੱਕ ਨੂੰ ਇਕੱਠਾ ਕਰ ਦਈਏ, ਦੋ ਦਾ ਇੱਕ ਅਤੇ ਇੱਕ ਦਾ ਯੋਗ ਹੋ ਗਿਆ ਦੋ, ਦੋ ਅਤੇ ਦੋ ਦਾ ਯੋਗ ਹੋ ਗਿਆ ਚਾਰ, ਜੁੜ ਗਿਆ। ਇੱਦਾਂ ਜਦੋਂ ਆਤਮਾ ਅਤੇ ਪਰਮਾਤਮਾ ਜੁੜ ਜਾਂਦੇ ਹਨ ਤਾਂ ਯੋਗ ਹੁੰਦਾ ਹੈ। ਅਤੇ ਭੋਗ, ਸਾਧ ਸੰਗਤ ਜੀ ਸੰਸਾਰ ਦੇ ਲੋਕ ਕਰਦੇ ਪਦਾਰਥਾਂ ਨੂੰ ਭੋਗਣਾ, ਜਿੰਨੇ ਪਦਾਰਥਾਂ ਨੂੰ ਭੋਗਦੇ ਉਨੇ ਹੀ ਉਹਨਾਂ ਦੇ ਮਨ ਦੇ ਖਿਆਲ ਜਿਹੜੇ ਹਨ ਉਹ ਖਿੰਡਦੇ ਹਨ। ਇਹ ਮਨ ਹੀ ਜੋਗੀ ਹੈ ਅਤੇ ਇਹ ਮਨ ਹੀ ਭੋਗੀ ਹੈ। ਆਖੋ ਸ੍ਰੀ ਵਾਹਿਗੁਰੂ। ਮਨ ਹੀ ਕਹਿੰਦਾ ਚੱਲ ਪਰਮਾਤਮਾ ਦਾ ਸਿਮਰਨ ਕਰ, ਅਤੇ ਇਹ ਉਹ ਜਦੋਂ ਮਨ ਸਿਮਰਨ ਕਰਦਾ ਤਾਂ ਜੋਗੀ ਬਣ ਜਾਂਦਾ, ਅਤੇ ਇਹ ਮਨ ਜਦੋਂ ਭੋਗਾਂ ਵਿੱਚ ਪੈ ਜਾਂਦਾ ਤਾਂ ਇਹ ਭੋਗੀ ਪੈ ਬਣ ਜਾਂਦਾ।
ਮਨ ਹੀ ਜੋਗੀ ਹੈ ਅਤੇ ਮਨ ਹੀ ਭੋਗੀ, ਸਾਰੇ ਰਸਾਂ ਨੂੰ ਮਨ ਹੀ ਭੋਗਦਾ ਹੈ, ਸਰੀਰ ਨਹੀਂ ਭੋਗਦਾ। ਸਰੀਰ ਤਾਂ ਜੜ ਹੈ, ਸਰੀਰ ਨੂੰ ਤਾਂ ਪਤਾ ਹੀ ਨਹੀਂ ਚੱਲਦਾ। ਜੇ ਮੰਨ ਲਓ ਸਰੀਰ ਵਿੱਚੋਂ ਆਤਮਾ ਜਾਂ ਮਨ ਨੂੰ ਕੱਢ ਦੇਈਏ ਤਾਂ ਫਿਰ ਤਾਂ ਨਹੀਂ ਸਰੀਰ ਕੁਛ ਖਾ ਸਕਦਾ, ਕੁਝ ਪਹਿਨ ਸਕਦਾ, ਕੋਈ ਬੋਲ ਸਕਦਾ। ਜਿੰਨੇ ਵੀ ਸੰਸਾਰ ਦੇ ਸੁੱਖ ਭੋਗਦਾ ਹੈ ਉਹ ਮਨ ਭੋਗਦਾ ਹੈ, ਅਤੇ ਸੰਸਾਰ ਦੇ ਭੋਗਾਂ ਤੋਂ ਨਿਆਰਾ ਵੀ ਮਨ ਹੀ ਹੁੰਦਾ। ਕਹਿੰਦਾ ਮੇਰਾ ਮਨ ਨਹੀਂ ਕਰਦਾ ਹੁਣ, ਉਹ ਕਹਿੰਦਾ ਵੀ ਹੁਣ ਮੇਰਾ ਜੀ ਨਹੀਂ ਕਰਦਾ ਖੀਰ ਖਾਣ ਨੂੰ, ਹੁਣ ਨਹੀਂ ਮੇਰਾ ਜੀ ਕਰਦਾ ਗੁੜ ਖਾਣ ਨੂੰ, ਹੁਣ ਨਹੀਂ ਮੇਰਾ ਜੀ ਕਰਦਾ ਮਿੱਠਾ ਖਾਣ ਨੂੰ। ਉਹੀ ਮਨ ਜਿਹੜਾ ਕਹਿੰਦਾ ਵੀ ਮੇਰਾ ਮਨ ਕਰਦਾ ਅੱਜ ਮੈਂ ਖੀਰ ਖਾਵਾਂ, ਅੱਜ ਮੈਂ ਕੜਾਹ ਖਾਵਾਂ, ਅੱਜ ਮੈਂ ਮਿੱਠਾ ਖਾਵਾਂ, ਅੱਜ ਮੈਂ ਇਸ ਤਰ੍ਹਾਂ ਦੇ ਪਦਾਰਥ ਵਰਤਾਂ, ਇੱਦਾਂ ਦੀ ਵਸਤੂ ਦਾ ਮੈਂ ਇਸਤੇਮਾਲ ਕਰਾਂ, ਕੱਪੜਾ ਪਹਿਨਾਂ, ਗੱਡੀ ਲਵਾਂ, ਕਾਰ ਲਵਾਂ, ਕੋਠੀ ਮਕਾਨ, ਜਿੰਨੇ ਵੀ ਸੁੱਖ ਸੰਸਾਰ ਦੇ ਨੇ ਉਹ ਮਨ ਹੀ ਭੋਗਦਾ ਹੈ ਅਤੇ ਮਨ ਹੀ ਉਸ ਤੋਂ ਬਿਰਕਤ ਹੁੰਦਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਇਹੋ ਮਨ ਜੋਗੀ ਭੋਗੀ ਤਪ ਤਪ ਹੈ, ਇਹ ਮਨ ਹੀ ਤਪੱਸਿਆ ਕਰਦਾ। ਮਨ ਕਹਿੰਦਾ ਵੀ ਉੱਠ ਅੰਮ੍ਰਿਤ ਵੇਲੇ, ਅੱਜ ਗੁਰੂ ਦੇ ਚਰਨਾਂ ਵਿੱਚ ਚੱਲ, ਗੁਰਬਾਣੀ ਪੜ੍ਹ, ਸਿਮਰਨ ਕਰ। ਮਨ ਕਹਿੰਦਾ ਛੱਡ ਪਰੇ, ਅੱਜ ਸੌਂ ਲੈ ਘੜੀ ਹੋਰ, ਕੋਈ ਨਹੀਂ ਦੋ ਘੰਟੇ ਸਹੀ ਲੇਟ ਉੱਠ ਪਾਂਗੇ, ਅੱਜ ਰਹਿਣ ਦਿੰਦੇ ਹਾਂ ਗੁਰਦੁਆਰੇ, ਕੀ ਕਰਨਾ ਜਾ ਕੇ। ਮਨ ਹੀ ਕਹਿੰਦਾ, ਮਨ ਹੀ ਕਹਿੰਦਾ ਚੱਲ ਆਪਾਂ ਬਾਣੀ ਪੜ੍ਹੀਏ, ਸਿਮਰਨ ਕਰੀਏ, ਕੀ ਕਰਨਾ ਸੌਂ ਕੇ। ਦੇਖੋ ਇਹਦੇ ਮਨ ਦੇ ਕਿੰਨੇ ਤਰੰਗ ਹਨ, ਕਿੰਨੀਆਂ ਇਹਦੀਆਂ ਖੇਡਾਂ ਹਨ। ਮਹਾਰਾਜ ਕਹਿੰਦੇ ਮਨ ਕੇ ਅਧਿਕ ਤਰੰਗ, ਮਨ ਦੀਆਂ ਬੜੀਆਂ ਹੀ ਲਹਿਰਾਂ ਨੇ, ਕਿਤੇ ਕਿਤੇ ਮਿੰਟ ਮਿੰਟ 'ਚ ਘੁੰਮ ਆਉਂਦਾ ਹੈ, ਗੁਰਦੁਆਰੇ ਬੈਠਾ ਹੋਇਆ ਕਿਤੇ ਬਾਹਰ ਘੁੰਮੀ ਜਾਂਦਾ, ਪਾਠ ਕਰਦਿਆਂ ਹੋਇਆਂ ਵੀ ਬਾਹਰ ਘੁੰਮੀ ਜਾਂਦਾ, ਅਤੇ ਕਦੀ ਐਨ ਜੁੜ ਜਾਂਦਾ, ਅੱਖਰ ਅੱਖਰ ਸਮਝ ਆਉਂਦਾ ਇਹਨੂੰ। ਇਹ ਵੀ ਉਹ ਵੀ ਟਾਈਮ ਹੁੰਦਾ ਵੀ ਜਦੋਂ ਗੁਰਬਾਣੀ ਪੜ੍ਹਦਿਆਂ ਮਨ ਜੁੜਿਆ ਹੁੰਦਾ ਅਤੇ ਅੱਖਰ ਅੱਖਰ ਸਮਝ ਆਉਂਦਾ, ਉਹ ਵੀ ਹੁੰਦਾ ਵੀ ਪਾਠ ਕੀਰਤਨ ਕਥਾ ਹੋ ਰਹੀ ਹੁੰਦੀ, ਮਨ ਬਾਹਰ ਭਟਕਿਆ ਹੁੰਦਾ। ਇਹਦੇ ਕੋਈ ਪਤਾ ਨਹੀਂ ਕਿੰਨੇ ਕੁ ਤਰੰਗ ਹਨ, ਕਿੰਨਾ ਕੁ ਇਹਦੀ ਗਤੀ ਹੈ, ਕਿੰਨੀ ਕੁ ਇਹਦੀ ਭੱਜ ਦੌੜ ਹੈ, ਕੋਈ ਹਿਸਾਬ ਨਹੀਂ। ਅਜੇ ਤੱਕ ਕੋਈ ਮੀਟਰ ਵੀ ਨਹੀਂ ਬਣਿਆ ਜਿਹੜਾ ਮਨ 'ਤੇ ਲਾਇਆ ਜਾਵੇ ਅਤੇ ਉਹ ਰੀਡਿੰਗ ਕਰਕੇ ਦੱਸੇ ਵੀ ਮਨ ਜਦੋਂ ਦੇ ਜੰਮਿਆ ਕਿੱਥੇ ਕਿੱਥੇ ਗਿਆ। ਜਦੋਂ ਦਾ ਸਾਡਾ ਜਨਮ ਹੋਇਆ ਹੈ ਉਦੋਂ ਤੋਂ ਲੈ ਕੇ ਅੱਜ ਤੱਕ ਜਿੰਨੀ ਆਪਣੀ ਉਮਰ ਦੇ ਵਿੱਚ ਮਨ ਭਟਕਿਆ, ਇੰਨੇ ਸਾਡਾ ਸਰੀਰ ਨਹੀਂ ਭਟਕਿਆ। ਸਰੀਰ ਸਾਡਾ ਗਿਆ ਹੋਵੇਗਾ ਹਜ਼ਾਰਾਂ ਮੀਲ ਗਿਆ ਹੋਵੇਗਾ, ਪਰ ਅਰਬਾਂ ਖਰਬਾਂ ਮੀਲ ਮਨ ਇੱਕ ਮਿੰਟ ਵਿੱਚ ਜਾ ਕੇ ਆ ਜਾਂਦਾ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਇਹੋ ਮਨ ਜੋਗੀ ਭੋਗੀ ਤਪ ਤਪ ਹੈ, ਮਨ ਹੀ ਜੋਗੀ ਹੈ, ਮਨ ਹੀ ਭੋਗੀ ਹੈ, ਮਨ ਹੀ ਤਪੱਸਿਆ ਕਰਦਾ ਹੈ। ਇਸੇ ਕਰਕੇ ਦਸਵੇਂ ਪਾਤਸ਼ਾਹ ਜੀ ਕਹਿੰਦੇ ਮਨੁਆ ਗੁਰਮੁਰ ਮਨਸਾ ਮਾਈ, ਜਿਨ ਮੋਕੋ ਸਭ ਕਿਰਿਆ ਪੜਾਈ। ਮੇਰਾ ਮਨ ਮੇਰਾ ਗੁਰੂ ਹੈ, ਮਨੁਆ ਗੁਰਮੁਰ ਮਨਸਾ ਮਾਈ, ਜਿਨ ਮੋਕੋ ਸਭ ਕਿਰਿਆ ਪੜਾਈ, ਜਬ ਮਨਸਾ ਮਨ ਮਇਆ ਵਿਚਾਰੀ, ਗੁਰਮਨੁਆ ਕਹਿ ਕਹਿਓ ਸੁਧਾਰੀ। ਚੇਤਨ ਅਤੇ ਅਵਚੇਤਨ, ਕੌਂਸਿਸ ਅਨਕੌਂਸਿਸ ਮਾਇੰਡ ਦੋ ਤਰ੍ਹਾਂ ਦਾ ਮੰਨਦੇ ਹਨ। ਜਿਹੜਾ ਅਵਚੇਤਨ ਮਨ ਹੈ ਉਹਦੇ ਵਿੱਚ ਕਈ ਕਰੋੜਾਂ ਜਨਮਾਂ ਦਾ ਡਾਟਾ ਫਿੱਟ ਹੈ, ਪਤਾ ਨਹੀਂ ਕਿੰਨੇ ਕੁ ਜਨਮਾਂ ਦੀਆਂ ਯਾਦਾਂ ਅਨਕੌਂਸ਼ਸ ਮਾਇੰਡ ਵਿੱਚ ਦੱਬੀਆਂ ਪਈਆਂ। ਸਾਡਾ ਜਿਹੜਾ ਚੇਤਨ ਮਨ ਕੰਮ ਕਰ ਰਿਹਾ ਜੇ ਥੋੜ੍ਹਾ ਡਾਟਾ ਹੈ ਇਸ ਜਨਮ ਦਾ ਹੀ ਹੈ, ਅਨਕੌਂਸ਼ਸ ਮਾਇੰਡ ਵਿੱਚ ਕਰੋੜਾਂ ਜਨਮਾਂ ਦਾ ਹੈ। ਮਹਾਰਾਜ ਦਸਵੇਂ ਪਾਤਸ਼ਾਹ ਕਹਿੰਦੇ ਜਦੋਂ ਮੇਰਾ ਮਨ ਹੀ ਮੇਰਾ ਗੁਰੂ ਬਣ ਗਿਆ, ਮਨ ਨੇ ਮੇਰਾ ਮਾਰਗ ਦਰਸ਼ਨ ਕੀਤਾ। ਮਨ ਮੰਨੇ ਤਾਂ ਸਾਰੇ ਕੰਮ ਹੁੰਦੇ, ਜੇ ਮਨ ਨਾ ਮੰਨੇ ਕੁਛ ਨਹੀਂ ਹੁੰਦਾ। ਸਾਧ ਸੰਗਤ ਜੀ ਮੰਨ ਲਓ
मन तो बिना तुसी गुरु ग्रंथ साहब नू गुरु नहीं मान सकते। गुरु ग्रंथ साहब गुरु है, पर बहुते लोग कहते साडा मन नहीं मनता। करोड़ों लोग अज भी बाजार तुहानू मार्केट इहो जे मिलणगे, वो कहणगे जी गुरु ग्रंथ साहब ते साडा मन नहीं मनता, वो नहीं मत्था टेकण आउंदे। करोड़ों ही मुसलमान ईसाई गोरे काले नहीं आउंदे गुरु घर, क्यों? उन्हां दा मन नहीं मनता। जिहदा मन मनिया वह गुरु ग्रंथ साहब महाराज कोल आ के गुरु के बचन सुनदा है, मन बेचै सतगुर के पास ते सेवक के कारज रास। कलगीधर पातशाह कहिंदे जदों मन मन गया तां मैनूं करोड़ां जन्मां दी सोझी हो गई। इत्थे गुरु साहब ने बचन एवें नहीं लिखिया, गुरमुख मन अस्थाने सोई, गुरमुख त्रे पवन सोझी होई। गुरमुखां दा मन जदों गुरु चरणां 'च टिक जांदा है तां उहनां नूं तिन्नां पवनां दी सोझी हुंदी है। इह मन जोगी भोगी तप तप है, ये मन ही जोगी है, ये मन ही भोगी है, ये मन ही तपस्या करता है, तप तपदा है। गुरमुख चीनै हर प्रभ आपै, ते गुरमुख गुरु दे उपदेश नूं सरवण करके परमात्मा नूं अपने अंदर ही वेखदे हन। चीनै मैंने वेखना, चीनै मैंने जानना, वो परमात्मा नूं अपनी आत्मा विच जान लैंदे हन। परमात्मा साढ़े अंदर है, जो मैं हाँ ये की हाँ मैं, जो अपने आप नूं मैं समझी बैठा ये तो मैं है नहीं। मैं बंदा हाँ, मैं स्त्री हाँ, मैं मोटा हाँ, मैं पतला हाँ, मैं काला हाँ, मैं गोरा हाँ, मैं हिंदू हाँ, मैं मुसलमान हाँ, ये जो मैं समझी बैठा ये तो मैं है नहीं। ये तो शरीर है, पंजा तत्तां दा बनिया होया ते वखरा वखरा कट्ठा होया ढांचा। ते हुण जिहड़ा मैं हाँ वो गुरु साहब दसदे आ वी तू की है, तू जोत है वाहिगुरु दी, मन तू जोत स्वरूप है, अपना मूल पछाण। जदों ये अवस्था आउंदी है तां फिर अपने आप नूं ही देख लैंदा है। गुरमुख चीनै हर प्रभ आपै, मन बैरागी होमै त्यागी, आखो सतनाम श्री वाहिगुरु। जदों मन बैराग विच आउंदा है ते अपनी मैं नूं छड्डदा है, होमै नूं त्यागदा है। बैराग दी अवस्था सात संगत जी मन वास्ते बहुत ही सुखदाई अवस्था है। दो ही गल्लां, एक पासे मोह है, दूजे पासे बैराग है। साढ़े मन दे विच मोह है, गुरमुखां दे मन विच बैराग है। संसारी लोकां दे अंदर मोह है, घर बार दा, परिवार दा, धीआं पुत्तरां दा, कई किस्म दा मोह है। ते परमेश्वर दे प्यारियां दे मन विच बैराग है। गुरु तेग बहादुर साहब दे वचन ने जे बिख्या सगली तजी, लियो भेख बैराग कहो नानक सुन रे मना ते नर माथे भाग। उन्हां दे मत्थे दे भाग चंगे हन जिन्हां ने बैराग नूं धारण कीता है। घट घट मनसा दुबदा लागी, घट घट दे विच हर शरीर दे विच होमै करके बहुत सारियां आदियां व्याधियां उपाधियां बड़ियां होईयां ने। मनसा इस मन दी आ चीज़ मिल जावे, वह वस्तु मिल जावे, वासना बनी रहिंदी है ते दुबदा लगी रहिंदी है। दुबदा की है? दो विधा, एक मन कहिंदा प्राप्त होवे, दूजी कहिंदा छड, पता नहीं खराब ना होवे कोई चीज़। दुबदा पई हुई है, मनसा भी है, आसा भी है, तृष्णा भी है, दुबदा भी है। ये मन दे विच इस मन नूं परेशान करदे हन। राम रसायण गुरमुख चाखै, गुरमुख जन परमेश्वर वाहिगुरु जी दे नाम दा रस पींदे हन। जो रसां दा घर है, जिन्ने संसार दे रस हन साध संगत जी, आन रसा दिसें सब चार, वह सारे फिर फिक्के नज़र आते हैं। तो परमेश्वर के नाम का रस गुरमुख जन चखते हैं। दर घर महली हर पत रख,
ਉਹ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਨਿਰੰਕਾਰ ਦੇ ਮਹਿਲਾਂ ਵਿੱਚ ਪਹੁੰਚ ਜਾਂਦੇ ਹਾਂ। ਉਸ ਵਾਹਿਗੁਰੂ ਦੇ ਦਰ 'ਤੇ, ਉਹਦੇ ਵਾਹਿਗੁਰੂ ਦੇ ਘਰ ਦੇ ਵਿੱਚ ਪਹੁੰਚ ਜਾਂਦੇ ਹਨ ਅਤੇ ਉਹ ਪਰਮੇਸ਼ਰ ਉਹਨਾਂ ਦੀ ਪੱਤ ਰੱਖਦਾ, ਇੱਜ਼ਤ ਰੱਖਦਾ ਹੈ। ਧੰਨ ਹਨ ਐਸੇ ਭਗਤ ਸੰਤ ਜਨ ਮਹਾਂਪੁਰਸ਼ ਬ੍ਰਹਮ ਗਿਆਨੀ ਸਾਧੂ ਜਿਨ੍ਹਾਂ ਦੀ ਵਾਹਿਗੁਰੂ ਆਪ ਪੱਤ ਰੱਖਦਾ ਹੈ। ਉਹਨਾਂ ਦਾ ਮਨ ਵਾਹਿਗੁਰੂ ਦੇ ਚਰਨਾਂ 'ਚ ਟਿਕ ਜਾਂਦਾ ਹੈ, ਮਨ ਬੈਰਾਗੀ ਹਉਮੈ ਤਿਆਗੀ ਵਾਲੀ ਅਵਸਥਾ ਪ੍ਰਾਪਤ ਹੁੰਦੀ। ਵਾਹਿਗੁਰੂ 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 ਵਾਹਿਗੁਰੂ। ਇਹੋ ਮਨ ਰਾਜਾ ਸੂਰ ਸੰਗਰਾਮ। ਇਹ ਮਨ ਕੈਸਾ ਕੈਸੇ ਰੰਗ ਰੂਪ ਬਦਲਦਾ ਹੈ, ਕੀ ਕੁਝ ਹੈ ਇਹ ਮਨ, ਗੁਰੂ ਸਾਹਿਬ ਜੀ ਦੱਸ ਰਹੇ, ਕਹਿੰਦੇ ਇਹ ਮਨ ਹੀ ਰਾਜਾ ਹੈ। ਇਹ ਮਨ ਬਾਦਸ਼ਾਹ ਹੈ, ਇਹ ਮਨ ਰੱਜਿਆ ਹੋਇਆ ਹੈ, ਇਹ ਮਨ ਰਜੋਗੁਣੀ ਹੈ। ਸੂਰਮਾ ਹੈ, ਜੰਗ ਦਾ ਬਹਾਦਰ ਯੋਧਾ ਹੈ, ਸੂਰ ਸੰਗਰਾਮ। ਇਹ ਮਨ ਹੀ ਵੱਡੇ ਵੱਡੇ ਜੰਗ ਜਿੱਤਦਾ ਹੈ। ਜਿੰਨੀਆਂ ਦੁਨੀਆਂ 'ਚ ਲੜਾਈਆਂ ਜਿੱਤੀਆਂ ਗਈਆਂ ਉਹ ਮਨ ਨੇ ਜਿੱਤੀਆਂ, ਜਿੰਨੀਆਂ ਲੜਾਈਆਂ ਹਾਰੀਆਂ ਉਹ ਮਨ ਨੇ ਹਾਰੀਆਂ। ਆਖੋ ਸ੍ਰੀ ਵਾਹਿਗੁਰੂ। ਜਦੋਂ ਕਿਸੇ ਸੂਰਮੇ ਦਾ ਮਨ ਅਡੋਲ ਹੁੰਦਾ, ਉਹ ਇਕੱਲਾ ਹੀ ਲੱਖਾਂ ਦੇ ਭਾਰੂ ਹੁੰਦਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਕਲਗੀਧਰ ਪਾਤਸ਼ਾਹ, ਮਨ ਹਮੇਸ਼ਾ ਹੀ ਚੜ੍ਹਦੀਆਂ ਕਲਾਂ ਵਿੱਚ ਰਿਹਾ। ਚਮਕੌਰ ਦੀ ਗੜੀ ਦੇ ਵਰਗਾ ਜੰਗ ਦੁਨੀਆ 'ਤੇ ਕੋਈ ਨਹੀਂ ਹੋਇਆ। 10 ਲੱਖ ਦੇ ਮੁਕਾਬਲੇ 'ਤੇ 40 ਸਿੰਘ ਸਨ। ਮਨ ਜਿਹੜਾ ਸੀ ਚੜ੍ਹਦੀ ਕਲਾਂ ਵਿੱਚ ਸੀ, ਤਿਆਰ ਬਰਸ ਤਿਆਰ ਸੀ, ਮਨ ਵਿੱਚ ਕੋਈ ਗਿਰਾਵਟ ਨਹੀਂ ਸੀ, ਮਨ ਵਿੱਚ ਢਹਿੰਦੀ ਕਲਾ ਨਹੀਂ ਸੀ। 10 ਲੱਖ ਦੇ ਦੰਦ ਖੱਟੇ ਕਰ ਦਿੱਤੇ ਅਤੇ 10 ਲੱਖ ਦੇ ਘੇਰੇ 'ਚੋਂ ਗੁਰੂ ਸਾਹਿਬ ਨਿਕਲ ਵੀ ਗਏ, ਤਾੜੀ ਮਾਰ ਕੇ ਗਏ, ਪੀਰੇ ਹਿੰਦ ਮੇਰ ਵੱਧ ਕਹਿ ਕੇ ਗਏ ਵੀ ਆ ਚੱਲੇ ਹਾਂ, ਫੜ ਲਓ ਜਿਹਦੀ ਹਿੰਮਤ ਹੈ, ਜਿਹਦਾ ਜ਼ੋਰ ਹੈ। ਉਹ ਚੜ੍ਹਦੀ ਕਲਾ ਦੇ ਵਿੱਚ ਸਨ ਅਤੇ ਸੱਚੇ ਪਾਤਸ਼ਾਹ ਮਹਾਰਾਜ ਜਫਰਨਾਮਾ ਲਿਖਿਆ ਔਰੰਗਜ਼ੇਬ ਨੂੰ। ਜਫਰਨਾਮਾ ਮੈਨੇ ਜਿੱਤ ਦੀ ਚਿੱਠੀ। ਉਸ ਜ਼ਮਾਨੇ 'ਚ ਰਿਵਾਜ ਸੀ, ਜਿਹੜਾ ਜਿੱਤਦਾ ਸੀ ਉਹ ਹਾਰੇ ਵਾਲ ਇੱਕ ਚਿੱਠੀ ਲਿਖਦਾ ਸੀ ਵੀ ਤੂੰ ਮੇਰੇ ਤੋਂ ਹਾਰ ਗਿਆ, ਮੈਂ ਜਿੱਤ ਗਿਆ, ਅਤੇ ਹੁਣ ਤੂੰ ਮੇਰੀ ਈਨ ਮੰਨ ਲੈ, ਹੁਣ ਤੂੰ ਮੇਰੀ ਸ਼ਰਤ ਮੰਨ ਲੈ, ਹੁਣ ਤੂੰ ਝਗੜਾ ਨਾ ਕਰ, ਬੰਦਾ ਬਣ ਜਾ। ਹੁਣ ਉਹ ਜਿੱਤ ਦੀ ਚਿੱਠੀ ਜੇ ਦੇਖਿਆ ਜਾਵੇ ਤਾਂ ਸਾਹਿਬਜ਼ਾਦੇ ਸ਼ਹੀਦ ਹੋ ਗਏ, ਅਨੰਦਪੁਰ ਸਾਰਾ ਉੱਜੜ ਗਿਆ, ਸਿੰਘ ਸਭ ਖਤਮ ਸ਼ਹੀਦ ਹੋ ਗਏ, ਸਾਰਾ ਕੁਛ ਹੀ, ਪਰਿਵਾਰ ਹੀ ਸਾਰਾ ਵਿਛੜ ਗਿਆ। ਗੁਰੂ ਸਾਹਿਬ ਮਾਛੀਵਾੜੇ ਦੇ ਜੰਗਲਾਂ ਵਿੱਚ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਗਾ ਰਹੇ ਨੇ ਅਤੇ ਸਾਰਾ ਪਰਿਵਾਰ ਵਾਰਨ ਤੋਂ ਬਾਅਦ ਦੀਨੇ ਕਾਂਗੜ ਤੋਂ ਜਫਰਨਾਮਾ ਲਿਖ ਰਹੇ ਨੇ। ਹੁਣ ਇਸ ਜਫਰਨਾਮੇ ਦੇ ਵਿੱਚ ਸੱਚੇ ਪਾਤਸ਼ਾਹ ਜੀ ਮਹਾਰਾਜ ਕੀ ਲਿਖਦੇ ਨੇ ਵੀ ਤੂੰ ਹਾਰ ਗਿਆ, ਕਿਉਂ? ਕਿਉਂਕਿ ਤੂੰ ਆਪਣੇ ਮਨ ਤੋਂ ਹਾਰ ਗਿਆ, ਤੂੰ ਆਪਣੇ ਧਰਮ ਤੋਂ ਹਾਰ ਗਿਆ, ਤੂੰ ਆਪਣੇ ਇਮਾਨ ਤੋਂ ਹਾਰ ਗਿਆ। ਅਤੇ ਫਿਰ ਆਪ ਕਹਿੰਦੇ ਨੇ ਮੈਂ ਚੜ੍ਹਦੀ ਕਲਾਂ ਵਿੱਚ ਹਾਂ, ਤੂੰ ਚਾਹੁੰਦਾ ਵੀ, ਤੂੰ ਕਹਿੰਦਾ ਕਿ ਗੁਰੂ ਗੋਬਿੰਦ ਸਿੰਘ ਦੇ 4 ਪੁੱਤਰ ਮਾਰ ਅਤੇ ਅੱਗ ਬੁੱਝ ਗਈ ਕਿ ਬਾਕੀ ਵੀ ਮਾਂ ਦਸ ਬਾਬੇ ਜੀ ਦਾ ਮਾਰ, ਅਜੇ ਮੇਰਾ ਖਾਲਸਾ ਜਿਉਂਦਾ ਹੈ, ਫਿਰ ਤੋਂ ਗਿਣ ਗਿਣ ਕੇ ਬਦਲੇ ਲਵੇਗਾ। ਹੁਣ ਉਹ ਚੜ੍ਹਦੀ ਕਲਾ ਦੀ ਜਿਹੜੀ ਅਵਸਥਾ ਹੈ, ਮਹਾਰਾਜ ਸਾਹਿਬ ਜੀ ਉਹਦੇ ਨਾਲ ਸਾਰੇ ਜੰਗ ਜਿੱਤੇ ਹਨ। ਇਸ ਕਰਕੇ ਇਹੋ ਮਨ ਰਾਜਾ ਸੂਰ ਸੰਗਰਾਮ। ਸੂਰਮਾ ਜੰਗ ਦਾ, ਸੰਗਰਾਮ ਨਾਮ ਜੰਗ ਦਾ ਹੈ, ਜੰਗ ਦਾ ਸੂਰਮਾ ਯੋਧਾ ਮਨ ਅਜਿੱਤ ਹੈ ਅਤੇ ਹਾਰਦਾ ਵੀ ਮਨ ਹੈ। ਨੈਪੋਲੀਅਨ ਬੋਨਾਪਾਰਟ ਦਾ ਮਨ ਹਾਰ ਗਿਆ, ਹਾਰ ਮੰਨ ਲਈ। ਇੱਦਾਂ ਹੋਰ ਬੜੇ ਬੜੇ ਸੂਰਮੇ ਹਾਰ ਮੰਨ ਗਏ ਜੰਗ ਦੇ ਵਿੱਚ। ਸੋ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਮਨ ਹੀ ਯੋਧਾ ਹੈ। ਇਹੋ ਮਨ ਨਿਰਭਉ ਗੁਰਮੁਖ ਨਾਮ। ਗੁਰਮੁਖਾਂ ਦਾ ਇਹ ਮਨ ਨਿਰਭਉ ਹੋ ਜਾਂਦਾ ਪਰਮੇਸ਼ੁਰ ਦੇ ਨਾਮ ਸਦਕਾ। ਮਾਰੇ ਪੰਚ ਆਪਣੇ ਵਸ ਕੀਏ, 5 ਵਿਕਾਰਾਂ ਨੂੰ ਮਾਰ ਕੇ ਗੁਰਮੁਖ ਜਨਾਂ ਨੇ ਆਪਣੇ ਵਸ ਵਿੱਚ ਕਰ ਲਿਆ।
ਧੰਨ ਹਨ ਉਹ ਇਹੋ ਜਿਹੇ ਯੋਧੇ ਜਾ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ ਸੋ ਕਹੀਏ ਤਹਿ ਸੂਰਾ ਆਤਮ ਜਿਣੈ ਸਗਲ ਵਸਤਾ ਕਹਿ ਜਾ ਕਾ ਸਤਿਗੁਰ ਪੂਰਾ ਹਉ ਮੈਂ ਗ੍ਰਾਸ ਇਕਤ ਥਾਏ ਕੀਏ ਹਉਮੈ ਦੀ ਗ੍ਰਾਹੀ ਭਰ ਲਈ ਹਉਮੈ ਨੂੰ ਖਾ ਗਏ ਜਦੋਂ ਹਉਮੈ ਨੂੰ ਅੰਦਰ ਨਿਗਲ ਲਿਆ ਖਤਮ ਕਰਤਾ ਹਉਮੈ ਮਿਟ ਗਈ ਆਪੇ ਆਪ ਖਾਏ ਹਉ ਮਿਟੈ ਅਣ ਦਿਨ ਹਰ ਰਸ ਗੀਤ ਗਵਈਆ ਜਦੋਂ ਸ਼ੁੱਧ ਆਪਾ ਮੇਲੇ ਆਪੇ ਨੂੰ ਖਾ ਜਾਂਦਾ ਹੈ ਨਿਰਮਲ ਗਿਆਨ ਅਗਿਆਨ ਨੂੰ ਖਾ ਜਾਂਦਾ ਹੈ ਉਸ ਵੇਲੇ ਆਪਣੇ ਆਪ ਵਿੱਚ ਬਿਰਤੀ ਟਿਕ ਜਾਂਦੀ ਹਉਮੈ ਗ੍ਰਾਸ ਇੱਕ ਥਾਂ ਕੀਏ ਇੱਕ ਥਾਂ 'ਤੇ ਬਿਰਤੀ ਟਿਕ ਗਈ ਇਹ ਬੜੀ ਉੱਚੀ ਅਵਸਥਾ ਹੈ ਸਾਧ ਸੰਗਤ ਜੀ ਮਹਾਰਾਜ ਸਾਹਿਬ ਦੀ ਕਿਰਪਾ ਨਾਲ ਹੀ ਪ੍ਰਾਪਤ ਹੁੰਦੀ ਅਗਲੇ ਪ੍ਰਕਰਣਾਂ 'ਚ ਸਰਵਣ ਕਰਾਂਗੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਇਸ ਬਰਸਾਏ ਹੋਰ ਵੀ ਬਹੁਤ ਸੁੰਦਰ ਉਪਦੇਸ਼ ਦਿੱਤੇ ਸੋ ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।